ਜੋ ਕੁਛ ਹੈ ਸਭ ਤੇਰੀ ਰਜਾਈ। ਅਰਦਾਸ ਤੇ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਨੂੰ ਖਿਲਾਰਦਿਆਂ ਹੋਇਆਂ ਸਵੇਰੇ ਸਵੇਰੇ
ਸ਼ਾਮ ਤੱਕ ਹੱਥ ਨਾਲ ਖੁਸ਼ੀਆਂ ਵੰਡਦੇ ਆਉਂਦੇ ਹਾਂ। ਅਖੀਰੀ ਯੰਤਰੀ ਟਾਈਮ 'ਤੇ ਸਾਡੇ ਕੋਲ ਲੈ ਗਏ। ਮੈਂ ਆਪਣੇ ਵੱਲੋਂ ਅਤੇ ਹੋਰ ਸਾਥੀ ਬੁਲਾਰਿਆਂ ਵੱਲੋਂ ਬਾਅਦ 'ਚ ਆਪਣੇ ਮਨ 'ਚ ਸ਼ਰਧਾਂਜਲੀ ਭੇਟ ਕਰਨ ਦਾ ਅਵਸਰ ਮਿਲਿਆ ਹੈ। ਇਹ ਸੰਸਾਰ ਇੱਕ ਮਾਤ ਲੋਕ ਹੈ, ਜੋ ਕਿ ਆਇਆ ਹੈ ਉਸਨੇ ਜ਼ਰੂਰ ਜਾਣਾ ਹੈ। ਮੌਤ ਇੱਕ ਅਟਲ ਸੱਚਾਈ ਹੈ, ਮੌਤ ਦਾ ਸਮਾਂ ਕੋਈ ਨਿਸ਼ਚਿਤ ਨਹੀਂ ਹੈ, ਸਥਾਨ ਨਿਸ਼ਚਿਤ ਨਹੀਂ ਹੈ। ਮੈਨ ਇਜ਼ ਹੈਲਪਲੈਸ, ਡੈਥ ਕੀਪਸ ਨੋ ਪਲੈਨ। ਮਨੁੱਖ ਖਾਲੀ ਹੱਥ ਹੁੰਦਾ ਹੈ ਅਤੇ ਖਾਲੀ ਹੱਥ ਹੀ ਚਲੇ ਜਾਂਦਾ ਹੈ। ਵਿਦਵਾਨ ਵੀ ਕਹਿੰਦੇ ਹਨ ਸੰਸਾਰ ਵਿੱਚ ਜਿਸ ਚੀਜ਼ ਦੀ ਸ਼ੁਰੂਆਤ ਹੈ, ਜੋ ਮਨੁੱਖੀ ਜੀਵਨ ਹੈ ਉਸਦੇ ਵਿੱਚ ਜਿਹੜੀ ਕੋਈ ਘਟਨਾ ਵਾਪਰਦੀ ਹੈ ਤਾਂ ਬਹੁਤ ਦੁੱਖ ਭਰੀ ਹੁੰਦੀ ਹੈ। ਸਤਿਗੁਰ ਦੀ ਬਾਣੀ ਤ੍ਰੈ ਕਾਲ ਸੱਚ ਹੈ, ਇਹ ਕਦੀ ਡਿਸਕਾਰਡ ਨਹੀਂ ਹੋ ਸਕਦੀ। ਦੁਨੀਆ ਦੀ ਫਿਲਾਸਫੀ ਬਦਲ ਸਕਦੀ ਹੈ, ਬਦਲਦੀ, ਰੋਜ਼ ਬਦਲਦੀ, ਪਰ ਸਤਿਗੁਰ ਦੀ ਬਾਣੀ ਅਟਲ ਹੈ, ਇਹ ਬਦਲਦੀ ਨਹੀਂ, ਇਹ ਸੱਚ ਹੈ ਤ੍ਰੈ ਕਾਲ। ਸੋ ਪਹਿਲੀ ਜਨਵਰੀ ਵਾਲੇ ਦਿਨ ਬੜੀ ਅਣਹੋਣੀ ਮੰਦਭਾਗੀ ਘਟਨਾ ਵਾਪਰ ਗਈ। ਜਦੋਂ ਜੇ ਵਧਾਈਆਂ ਦੇ ਆਦਾਨ ਪ੍ਰਦਾਨ ਚੱਲ ਰਹੇ ਸਨ ਅਤੇ ਵਿੱਚ ਹੀ ਇੱਕ ਫੋਨ ਆ ਗਿਆ, ਜੋ ਸੁਣਦਿਆਂ ਹੀ ਪੈਰਾਂ ਹੇਠੋਂ ਜ਼ਮੀਨ ਖਿਸ ਗਈ। ਸਾਡੇ ਬੜੇ ਸਤਿਕਾਰਯੋਗ ਜੀਜਾ ਜੀ ਸਰਦਾਰ ਅਰਦਾਸ ਸਿੰਘ ਨਿਵਾਲ ਇਸ ਦੁਨੀਆ ਵਿੱਚ ਨਹੀਂ ਰਹੇ। ਬੜਾ ਗਹਿਰਾ, ਬੜਾ ਭਾਰਾ ਸਦਮਾ ਪਹੁੰਚਿਆ। ਮੇਰੇ ਤੋਂ ਪਹਿਲਾਂ ਵੱਖ ਵੱਖ ਬੁਲਾਰਿਆਂ ਨੇ ਬੜੀਆਂ ਭਾਵ ਪਈਆਂ ਸ਼ਰਧਾਂਜਲੀਆਂ ਨੂੰ ਪੇਸ਼ ਕੀਤੀਆਂ। ਉਹ ਸਾਥੀ ਉਡੀਕ ਭਰਾਵਾਂ ਨੂੰ ਵੱਧ ਪਿਆਰ ਕਰਨ ਵਾਲੀ ਸ਼ਖਸੀਅਤ ਅਵਤਾਰ ਸਿੰਘ ਬੱਲ ਅੱਜ ਇਹਨੂੰ ਵੀ ਮਿਲਿਆ, ਉਹ ਆਪਣਾ ਬਣ ਗਿਆ। ਕਾਫੀ ਅਰਸਾ ਹੋ ਗਿਆ ਜੇ ਸਾਲਾਂ ਦੀ ਗਿਣਤੀ ਕਰਾਂ ਕਿ ਬੁਲਾਰਾ ਲੱਗੇ ਦੇ ਵਿੱਚ ਆਉਂਦਿਆਂ 25 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਪਰਮਜੀਤ ਸਿੰਘ ਅਥਾਰਟੀ ਆਫ ਇੰਡੀਆ ਦਾ ਕਬੱਡੀ ਇੱਕ ਦਿਨ ਜਾਣਾ ਹੈ, ਅਜੇ ਮੈਂ ਜ਼ਿਆਦਾ ਨਾ ਬੋਲਦਾ ਹੋਇਆ, ਮੇਰੇ ਵੀਰ ਦਾ ਅਜੇ ਟਾਈਮ ਨਹੀਂ ਸੀ, ਇਹਨਾਂ ਦਾ 52 ਦਾ ਬਰਥ ਸੀ, ਇਹ ਮੇਰੇ ਨਾਲ ਲਗਭਗ 2.5-3 ਸਾਲ ਛੋਟੇ ਸਨ। ਅਜੇ ਮੇਰਾ ਕਿ 66 ਚੱਲਦਾ ਹੋਣਾ ਇਹਨਾਂ ਦਾ, ਅਜੇ ਬੜਾ ਟਾਈਮ ਸੀ। ਪਰ ਆਪਣੇ ਉਹਨਾਂ ਦੇ ਉੱਪਰ ਵਾਲੇ ਦੇ ਕੱਲ ਵਾਹਿਗੁਰੂ ਨੇ ਉਹਨਾਂ ਨੂੰ ਬੁਲਾ ਲਿਆ, ਤਾਂ ਮੈਂ ਇਸ ਟਾਈਮ 'ਤੇ ਮੈਂ ਆਪਣੇ ਵੱਲੋਂ, ਮੈਂ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਬਾਹਰੋਂ ਆਈ ਸੰਗਤ ਇਸ ਦੁੱਖ ਦੇ ਸਮੇਂ ਆਪਣੇ ਸਾਥ ਦਿੱਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਜਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੇਰੀ ਰਜਾਇ ਅਰਦਾਸ ਤੇ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰੀਆ ਕੰਪਰ ਸਾਹਿਬ ਜੀ ਕੀ ਅਰੰਭਤਾ ਹੋਏ ਸੀ।
ਆਗੀ ਦੀ ਕਿਰਪਾ ਸਦਕਾ ਸੰਪੂਰਨ ਬਾਣੀ ਦੇ ਭੋਗ ਪਏ ਪ੍ਰੰਤ ਸੁੰਦਰ ਦੀਵਾਨਾ ਜਿਹੜਾ ਕਰ ਪਾਤਸ਼ਾਹ ਜੀ ਵਿਛੜੀ ਹੋਈ ਆਤਮਾ ਦੇ ਨਿਮਿਤ ਅੰਤ ਸਤਿਗੁਰ ਬੋਲੇ ਆ ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਕਿਰਪਾਲ ਪੰਡਿਤ ਸਦੇਵ ਹਰ ਕਥਾ ਪੜਿਆ ਪੁਰਾਣ ਜੀਓ ਦੇ ਮਾਵਾਤ ਅਨੁਸਾਰ ਮਹਾਰਾਜ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕੀਰਤਨ ਦੇ ਅੰਦਰ ਵਿਰਸੇ ਆਪ ਜੀ ਦੀ ਕਿਰਪਾ ਸਦਕਾ ਸਤਿਗੁਰ ਸੰਪੂਰਨ ਬਾਣੀ ਦੇ ਭੋਗ ਪਏ ਹਨ ਕਿਰਪਾ ਕਰਨਾ ਦਾਤਾ ਪਾਤਸ਼ਾਹ ਜੀਓ ਛੇ ਪੂੜੀਆਂ ਅੰਤ ਸਭ ਜੀ ਕੇ ਜਾ ਅਗਾਂ ਗੁਰਬਾਣੀ ਦੇ ਜਪ ਕਰਦੇ ਹਾਂ ਬੇਅੰਤ ਭੁੱਲਾਂ ਤਰੁੱਟੀਆਂ ਮਾਫ ਕਰਨੀਆਂ ਗੁਰਬਾਣ ਸੱਚੇ ਪਾਤਸ਼ਾਹ ਦੀ ਬੜੀ ਸੁਣੀ ਬਾਣੀ ਦਾ ਮਹਾਤਮ ਵਿਛੜੀ ਹੋਈ ਆਤਮਾ ਦੇ ਲੇਖੇ ਚਲਾ ਕਰਕੇ ਸਰੀਰ ਕਾਲ ਆਪਣੇ ਚਰਨਾਂ ਵਿੱਚ ਰਾਸ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਵਿਛੜੀ ਆਤਮਾ ਦਾ ਭਲਾ ਕਰਦੇ ਹੋਏ ਦਾ ਪਾਤਸ਼ਾਹ ਜਮਨ ਕਰਨੇ ਆਵਾਗਮਨ ਦੇ ਚੱਕਰਾਂ ਤੋਂ ਬਚਾ ਕੇ ਚਰਨਾਂ ਵਿੱਚ ਭਾਈ ਬਖਸ਼ਣੀ ਪਿੱਛੇ ਸਾਤ ਪਰਿਵਾਰ ਵਿੱਚ ਸੁਖ ਰਵੇ ਸਮੂਹ ਪਰਿਵਾਰ ਨੇ ਭਾਣਾ ਮਰਨ ਦਾ ਬਦ ਬਖਸ਼ਣਾ ਪਰਿਵਾਰ ਦੀ ਪ੍ਰਪਾਲਣਾ ਕਰਨੀ ਹਰ ਪੱਖ ਦਾ ਪਾਤਸ਼ਾਹ ਪਰਿਵਾਰ ਦੇ ਸਹਾਈ ਲੈਣਾ ਅਗਲੀ ਪਰਿਵਾਰ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਪ੍ਰਸੰਨਤਾ ਦੇ ਲਈ ਪਰਿਵਾਰ ਵੱਲੋਂ ਅੰਮ੍ਰਿਤ ਮੇਕੜਾ ਪ੍ਰਸ਼ਾਦ ਦੀਆਂ ਦੇਵਾਂ ਸਰੀਆਂ ਪ੍ਰਵਾਨ ਹੋਵਾਂ ਪ੍ਰਵਾਨੇ ਪ੍ਰਸ਼ਾਦ ਸੰਗਤ ਦੇ ਦਸਨ ਰਾਜ ਜੋਰੀ ਛੱਕੇ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪੇ ਦਾ ਤਰ ਪਾਤਸ਼ਾਹ ਜੀ ਜੋ ਜੋ ਮਾਈ ਭਾਈ ਸੰਤਾਂ ਨੇ ਹਜ਼ੂਰ ਆਪ ਜੀ ਦਾ ਚਰਨ ਪਰਸ ਦੇ ਵਿਛੜੀ ਹੋਈ ਆਤਮਾ ਨੂੰ ਯਾਦ ਕਰਦੇ ਹੋਏ ਦਾ ਤਰ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਤੇਲ ਬੁੱਲ ਬੇਟਾਵਾਂ ਪ੍ਰਵਾਨ ਕਰਨੀ ਆ ਸੇਵਕ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਨੂੰ ਯਾਦ ਕਰਦੇ ਹੋਏ ਦਾ ਤਰ ਪਾਤਸ਼ਾਹ ਜੀ ਗੁਰਦੁਆਰਾ ਸੰਸਰ ਭਲਤ ਅਤੇ ਸ਼ਮਸ਼ਾਨ ਘਾਟ ਦੀ ਸੇਵਾ ਵਾਸਤੇ 1,00,000 ਰੁਪਏ ਦੀ ਸੇਵਾ ਦਾ ਤਰ ਪਾਤਸ਼ਾਹ ਕਿਰਪਾ ਕਰਨੀ ਉਹ ਨਦਾਨ ਜੋ ਬੀਜਦੇ ਸਭ ਧਰਮ ਰਾਜੀ ਦਾ ਤਰ ਪਾਤਸ਼ਾਹ ਪਰਿਵਾਰ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਆਪ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਦਾ ਤਰ ਪਾਤਸ਼ਾਹ ਜੀ ਮਾਰ ਤੋਂ ਵਿਛੜੀ ਰੂਹ ਨੂੰ ਲੈ ਕੇ ਉਜਲਾ ਕਰਕੇ ਬਖਸ਼ਿਸ਼ ਕਰਨਾ ਕਰੋ ਕਿਰਪਾ ਇਸ ਵੇਲੇ ਸਰਬੱਤ ਮਾਈ ਭਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਤੇਲ ਬੁੱਲ ਬੇਟਾਵਾਂ ਦਰ ਤੇ ਪ੍ਰਵਾਨ ਕਰੋ ਰਾਗੀ ਪ੍ਰਵਾਨ ਹੁਕਮਨਾਮੇ ਕੀ ਦਾ ਬਖਸ਼ੋ ਹੁਕਮਨਾਮੇ ਪਰ ਚਲਣ ਦੀ ਸਮਰੱਥਾ ਬਾਲ ਬੁੜੀ ਬਖਸ਼ਣੀ ਸਹੀ ਪਿਆਰੇ ਮੇਰ ਜਿਹਨਾਂ ਮਿਲਿਆ ਪਾਵਨ ਨਾਮ ਚਿਰਦੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ
ਪਰਿਵਾਰ ਦੇ ਨਾਲ ਪਹਿਲਾਂ ਹੀ ਬਹੁਤ ਵੱਡੀ ਸਾਂਝ ਉਹਨਾਂ ਦੀ ਔਰ
ਮੈਂ ਅੱਖੀ ਤੱਕਦਾ ਰਿਹਾ ਹਾਂ। ਕਈ ਵਾਰ ਤਾਂ ਕੋਈ ਨੇਤਾ ਇੱਕ ਵਾਰ ਵੀ ਸ਼ਾਇਦ ਦਰਸ਼ਨ ਦੇ ਦੇਵੇ ਅਤੇ ਉਹਦੇ ਵਿੱਚ ਵੀ ਆਪਾਂ ਬੜਾ ਮਾਣ ਮਹਿਸੂਸ ਕਰਦੇ। ਮੈਨੂੰ ਇਹ ਲੱਗ ਰਿਹਾ ਕਿ ਮੇਰੇ ਖਾਤੇ ਤੀਜੀ ਜਾਂ ਚੌਥੀ ਵਾਰ ਇਸ ਸਮਾਗਮ 'ਚ ਇਹਨਾਂ ਉਹਨਾਂ ਦੇ ਮਨ ਦੇ ਵਿੱਚ ਇਹ ਇਹੋ ਜਿਹਾ ਰੋਸ ਆਇਆ ਹੈ। ਇਸ ਪਰਮਾਤਮਾ ਸਾਂਝ ਆਪਣੀ ਸਤਾਉਣ ਲਈ ਖਹਿਰਾ ਸਾਹਿਬ ਹਲਕਾ ਵਿਧਾਇਕ ਲੱਖ ਨੇਤਾ ਪ੍ਰਤੀ ਪੰਜਾਬ ਹਰਮਨ ਪਿਆਰੇ ਸਰਦਾਰ ਅਵਤਾਰ ਸਿੰਘ ਜੀ ਵੱਲ ਬਹੁਤ ਖੁਸ਼ ਮਿਜਾਜ, ਬਹੁਤ ਸਭ ਦੇ ਨਾਲ ਹੱਸ ਕੇ ਸਭ ਦਾ ਬਹੁਤ ਮੇਲ ਮਿਲਾਪ ਰੱਖਣ ਵਾਲੇ ਔਰ ਹਮੇਸ਼ਾ ਤਿਆਰ ਪਰ ਤਿਆਰ ਰਹਿਣ ਵਾਲੇ ਔਰ ਅੱਛਾ ਪਹਿਰਾਵਾ ਆਪਣੇ ਵੱਲੋਂ ਜਿੰਨਾ ਕੁ ਉਹਨਾਂ ਦਾ ਪੂਰੇ ਸ਼ੌਂਕ ਨਾਲ ਤਿਆਰ ਹੋਣਾ, ਉਹਨਾਂ ਦੀ ਆਪਾਂ ਅੱਜ ਅੰਤਿਮ ਅਰਦਾਸ ਵਿੱਚ ਇਕੱਤਰ ਹੋਏ ਹਾਂ। ਉਹਨਾਂ ਦਾ ਅਕਾਲ ਚਲਾਉਣਾ ਬਹੁਤ ਸਮੇਂ ਤੋਂ ਪਹਿਲਾਂ, ਉਮਰ ਕੁਛ ਵੀ ਨਹੀਂ ਸੀ, ਜ਼ਿੰਮੇਵਾਰੀਆਂ ਨੇ ਪਰਿਵਾਰ ਦੀਆਂ, ਗ੍ਰਿਸਤ ਦੀਆਂ ਪਰਿਵਾਰ ਦੇ ਪ੍ਰਤੀ, ਔਰ ਇਹ ਇਸੇ ਕਰਕੇ ਆਪਾਂ ਸਭ ਨੂੰ ਬਹੁਤ ਜ਼ਿਆਦਾ ਰੰਜ ਅਤੇ ਦੁੱਖ ਹੈ, ਅਫਸੋਸ ਹੈ, ਕਿਉਂਕਿ ਜਦੋਂ ਮੈਨੂੰ ਖਬਰ ਮਿਲਦੀ ਹੈ ਤਾਂ ਇਕਦਮ ਮੈਂ ਉਹਨਾਂ ਦੀ ਤਸਵੀਰ ਮੇਰੇ ਸਾਹਮਣੇ ਆਉਂਦੀ ਖਿੜਕਾਉਂਦੇ ਹੱਸਦਿਆਂ ਦੀ, ਔਰ ਮੈਨੂੰ ਜਦੋਂ ਵੀ ਕਿਤੇ ਮਿਲਣ ਆਉਣਾ ਉਹਨਾਂ ਨੇ ਕੋਈ ਨਾ ਕੋਈ ਚੀਜ਼ ਬਾਹਰੋਂ ਕਿਤੇ ਲੱਭ ਕੇ ਖਾਸ, ਜਿਹੜੀ ਆਮ ਨਹੀਂ ਉਪਲਬਧ ਹੈਗੀ, ਉਹ ਮੇਰੇ ਵਾਸਤੇ ਬਤੌਰ ਤੋਹਫਾ ਇੰਨਾ ਮੇਰੇ ਨਾਲ ਅੰਦਰੋਂ ਮਨੋਂ ਪਿਆਰ ਕਰਦੇ ਸੀ ਔਰ ਬਹੁਤ ਖੁਸ਼ ਹੋ ਕੇ ਗੱਲਾਂ ਕਰਨੀਆਂ ਔਰ ਟਾਈਮ ਜ਼ਾਇਆ ਨਹੀਂ ਕਰਨਾ। ਅਤੇ ਮੈਨੂੰ ਜਦੋਂ ਖਬਰ ਮਿਲਦੀ ਹੈ ਤਾਂ ਇਕਦਮ ਮੈਂ ਵੀ ਦੰਗ ਰਹਿ ਗਿਆ, ਜਿੱਦਾਂ ਤੁਸੀਂ ਵੀ ਸਾਰੇ ਬਾਕੀ ਦੰਗ ਰਹਿ ਗਏ, ਕਿਉਂਕਿ ਇੱਕ ਆਦਮੀ ਬਿਲਕੁਲ ਤੰਦਰੁਸਤ ਆ, ਸਵੇਰੇ ਸਾਰੇ ਪਿੰਡ ਵਿੱਚ ਘੁੰਮਦਾ, ਸਭ ਨੂੰ ਮਿਲਦਾ ਵਾ, ਅਤੇ ਅਚਾਨਕ ਰਾਤ ਨੂੰ ਖਬਰ ਮਿਲ ਜਾਂਦੀ ਕਿ ਉਹ ਤਾਂ ਚਲਾਣਾ ਕਰਕੇ ਨੇ। ਪਰਿਵਾਰ ਨੇ ਬਹੁਤ ਯਤਨ ਕੀਤੇ, ਸਰਪੰਚ ਸਿੰਘ ਦੀ ਮਾਲਤ, ਉਹਨਾਂ ਦਾ ਸੁੱਚਾ ਪਰਿਵਾਰ, ਜਿਹਨੇ ਹਿੰਮਤ ਕਰ ਸਕਦੇ ਸੀ ਕੀਤੀ ਪਰ ਨਹੀਂ, ਕੋਈ ਪੇਸ਼ ਨਹੀਂ ਗਈ। ਔਰ ਆਪਾਂ ਹੁਣੇ ਹੀ ਭਾਈ ਸਾਹਿਬ ਨੇ ਜਿਹੜਾ ਹੁਕਮਨਾਮਾ ਪੜ੍ਹਿਆ ਉਹਦੇ 'ਚ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਪੜ੍ਹਿਆ, ਹਮ ਆਦਮੀ ਹੈ ਇੱਕਦਮ। ਬਸ ਇਸ ਤੋਂ ਅੱਗੇ ਕੋਈ ਗੱਲ ਮੁਕਾਇਆ ਰਹਿ ਨਹੀਂ ਜਾਂਦੀ। ਆਪਣੇ ਜਿੰਨਾ ਜਿਹੜਾ ਸਵਾਦ ਸਾਡੇ ਅੰਦਰ ਇਸ ਵੇਲੇ ਆ, ਆਪਾਂ ਮਾਲਕ ਸਹੀ ਕਹਿਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਕੁਝ ਪਤਾ ਨਹੀਂ ਕਿ ਕਿਸੇ ਨਾਲ ਕੀ ਵਾਪਰਨਾ, ਉਹਦੇ ਸਰੀਰ ਦੇ ਅੰਦਰ ਕੀ ਡਿਵੈਲਪਮੈਂਟਸ ਹੋ ਰਹੀਆਂ, ਅਗਰ ਕਿਤੇ ਗਾਏ ਪਗਾਏ ਉਹ ਬਾਹਰ ਫਿਰਨਾ ਤਾਂ ਉਹਦੇ ਨਾਲ ਉੱਥੇ ਕੀ ਹੋਣਾ ਵਾ। ਔਰ ਇਹ ਕੋਈ ਇੱਕਾ ਦੁੱਕਾ ਨਹੀਂ ਹੈ, ਆਪਾਂ ਇਸ ਤਰ੍ਹਾਂ ਦੀ ਖਬਰਾਂ ਸੁਣਦੇ, ਇਹ ਹਰ ਰੋਜ਼ ਆਲੇ ਦੁਆਲੇ ਆਪਣੇ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਭਿਆਨਕ ਮੌਤਾਂ ਹੁੰਦੀਆਂ ਨੇ। ਆਪਣੇ ਚੰਗੇ ਚੰਗੇ ਸੱਜਣ ਜਿਹੜੇ ਨੇ ਉਹ ਸਮੇਂ ਤੋਂ ਪਹਿਲਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਕਰਦੇ, ਕਿਉਂਕਿ ਇਹ ਜਿਹੜਾ ਜੰਮਣਾ ਅਤੇ ਮਰਨਾ ਇਹ ਕੁਦਰਤ ਨੇ ਆਪਣੇ ਹੱਥ 'ਚ, ਸਾਇੰਸ ਨੇ ਬਹੁਤ ਤਰੱਕੀ ਕੀਤੀ, ਬਹੁਤ ਜ਼ਿਆਦਾ ਹਰ ਕਿਸਮ ਦਾ ਇਲਾਜ ਮਿਲ ਗਿਆ ਵਾ, ਉੱਦਾਂ ਹੀ ਬਿਮਾਰੀਆਂ ਵੀ ਨਵੀਆਂ ਨਿਕਲਦੀਆਂ। ਮੇਰਾ ਨਹੀਂ ਖਿਆਲ ਆਪਾਂ ਜਿੰਨੇ ਪੁਰਾਣੇ ਬੈਠੇ ਹਾਂ ਸਾਰੇ ਸੱਜਣ, ਅੱਜ ਤੋਂ ਕੋਈ 5-7-10 ਸਾਲ ਪਹਿਲਾਂ ਕਿਸੇ ਨੂੰ ਡੇਂਗੂ ਦਾ ਵੀ ਪਤਾ ਸੀ, ਹੁਣ ਇਹ ਸੁਵਿਧਾ ਜੀ ਇੱਕਦਮ ਸੈੱਲ ਘੱਟ ਗਏ ਨੇ ਅਤੇ ਬੰਦਾ ਅਕਾਲ ਚਲਾਣਾ ਕਰ ਗਿਆ। ਇਸ ਤਰ੍ਹਾਂ ਦੀਆਂ ਚਿਕਨਗੁਨੀਆਂ ਅਤੇ ਹੋਰ ਹੈਪੇਟਾਈਟਸ ਤਰ੍ਹਾਂ ਤਰ੍ਹਾਂ, ਸੋ ਇਹ ਸਭ ਕਾਇਨਾਤ ਜਿਹੜੀ ਆ ਇਹ ਕੁਦਰਤ ਦੇ ਹੱਥ ਵੱਸ ਆ। ਆਪਾਂ ਨੂੰ ਇਹੀ ਸਿਖਾਇਆ ਜਾਂਦਾ ਕਿ ਇਹਦਾ ਇਹਦੇ ਅੱਗੇ ਪਾਣਾ ਮੰਨਣਾ ਹੀ ਪੈਂਦਾ ਵਾ। ਮੈਨੂੰ ਪਤਾ ਵਾ ਕਿ ਪਰਿਵਾਰ ਨੂੰ ਬਹੁਤ ਜ਼ਿਆਦਾ ਦੁੱਖ ਹੈ, ਬੱਚੇ ਬਹੁਤ ਹੋਣਹਾਰ ਨੇ, ਬਹੁਤ ਅੱਛਾ ਪਰਿਵਾਰ ਆ, ਬੜਾ ਪੋਪੂਲਰ ਆ ਪਿੰਡ 'ਚ, ਨੁਮਾਇੰਦਗੀ ਵੀ ਕੀਤੀ ਇਹਨਾਂ ਨੇ, ਕੌਂਸਲਰ ਵੀ ਰਹੇ ਨੇ, ਸੋ ਇਸ ਕਰਕੇ ਉਹਨਾਂ ਦਾ ਅਕਾਲ ਚਲਾਉਣਾ ਅਸਹਿ ਅਤੇ ਅਕਹਿ ਵਾ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ, ਸਾਡੇ ਪਰਿਵਾਰ ਨਾਲ ਵੈਸੇ ਬਹੁਤ ਜ਼ਿਆਦਾ ਸਾਰੇ ਜਾਣਦੇ ਹੋ, ਮੇਰੇ ਪਿਤਾ ਜੀ, ਮੇਰੇ
ਮਾਤਾ ਜੀ ਨਾਲ ਜ਼ਾਤੀ ਲਿੰਕ ਇਸ ਪਰਿਵਾਰ ਦੇ ਔਰਤਾਂ ਨਾਲ ਆਉਣਾ ਜਾਣਾ, ਇਸ ਤਰ੍ਹਾਂ ਦੇ ਸੰਬੰਧ ਸਾਡੇ ਨਾਲ ਇਹਨਾਂ ਦੇ ਮਿਲੇ ਸੀਗੇ। ਸੋ ਜਿੱਥੇ ਪਰਿਵਾਰ ਨੂੰ ਆਪਾਂ ਤੁਹਾਨੂੰ ਸਭ ਤੋਂ ਦੁੱਖ ਹੈ ਅਤੇ ਸਾਨੂੰ ਵੀ ਬਹੁਤ ਵੱਡਾ ਘਾਟਾ, ਬੜਾ ਦੁੱਖ ਮਹਿਸੂਸ ਹੋਇਆ। ਇਹੀ ਮੈਂ ਕਾਮਨਾ ਅਰਦਾਸ ਕਰਦਾ ਵਾਹਿਗੁਰੂ ਦੇ ਚਰਨਾਂ 'ਚ ਕਿ ਕਿਸੇ ਵੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ। ਜਿੱਦਾਂ ਜਸਵੰਤ ਸਿੰਘ ਜੀ ਨੇ ਫਰਮਾਇਆ, ਇੱਕ ਹੋਰ ਨਿਰਾਲੇ ਜਸਵੀਰ ਸਿੰਘ ਨੇ ਸਾਡੇ ਬਹੁਤ ਅਜ਼ੀਜ਼ ਨੇ, ਉਹਨਾਂ ਦੇ ਸਮਾਂ ਬਿਲਕੁਲ ਇਹੀ ਆ, ਇੱਧਰ ਅਰਦਾਸ ਸ਼ੁਰੂ ਹੋਈ, ਉਹਨਾਂ ਦੇ ਪਿੱਠ ਲਾ ਕੇ ਅਰਦਾਸ ਹੋ ਗਈ ਹੈ। ਇਸ ਲਈ ਮੈਂ ਸਮਝਦਾ ਕਿ ਸੁੱਖ 'ਚ ਭਾਵਾਂ ਨਾ ਜਾਵੇ ਸਿੱਖੀ, ਲੇਕਿਨ ਦੁੱਖ ਵਿੱਚ ਜਾ ਕੇ ਉਹਨਾਂ ਦੇ ਨਾਲ ਸ਼ਮੂਲੀਅਤ ਕਰਨੀ ਮੇਰਾ ਮੁੱਢਲਾ ਫਰਜ਼ ਆ। ਇਸ ਲਈ ਮੈਂ ਇੱਥੋਂ ਕੇ ਆਪਣੇ ਵਿਚਾਰ ਖਤਮ ਕਰਕੇ ਮੈਂ ਤੁਹਾਡੀ ਇਸ ਤੋਂ ਮੈਂ ਤੁਹਾਡੀ ਇਜਾਜ਼ਤ ਚਾਹੁੰਦਾ ਵਾਂ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਬਾਸ। ਅਸੀਂ ਤੁਸੀਂ ਜਿਵੇਂ ਖੇਰਾ ਸਾਹਿਬ ਜੀ ਵੀ ਕਹਿ ਦਿੱਤੇ ਹਨ ਪਹਿਲਾਂ ਹੀ, ਅਸੀਂ ਆਪਣੀਆਂ ਅੱਖਾਂ ਸਾਹਮਣੇ ਉਹਨਾਂ ਨੂੰ ਨਾ ਦੇ ਕੋਈ ਮਾੜਾ ਕੱਪੜਾ ਪਾਉਂਦਿਆਂ ਦੇਖਿਆ, ਨਾ ਹੀ ਮਾੜਾ ਖਾਣਾ ਖਾਂਦਿਆਂ ਦੇਖਿਆ। ਖਾਣ ਲੱਗਿਆ ਵੀ ਵਧੀਆ, ਪਾਉਣ ਲੱਗਿਆ ਵੀ ਵਧੀਆ, ਅਤੇ ਰਹਿਣ ਲੱਗਿਆ ਵੀ ਵਧੀਆ। ਇਹੋ ਜਿਹੀ ਪਰਸਨੈਲਿਟੀ ਬਹੁਤ ਘੱਟ ਹੁੰਦੀ, ਬਹੁਤ ਵਿਹਲੀ ਹੁੰਦੀ। ਜੇ ਮੈਂ ਆਪਣੇ ਬਾਰੇ ਕਹਿ ਲਿਆ ਕਿ ਜਿਹੋ ਜਿਹਾ ਆ ਗਿਆ ਤੂੰ ਉਹੋ ਜਿਹਾ ਪਾ ਲਿਆ, ਜਿਹੋ ਜਿਹਾ ਮਿਲ ਗਿਆ ਉਹੋ ਜਿਹਾ ਖਾ ਲਿਆ, ਤਾਂ ਇਹ ਗੱਲ ਮੈਂ ਆਪਣੇ ਲਈ ਬਿਲਕੁਲ ਸੱਚੀ ਕਹਿਣਾ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਪਰਸਨੈਲਿਟੀ, ਇਹ ਵੀ ਬਿਲਕੁਲ ਸੱਚੀ ਗੱਲ ਹੋਏਗੀ ਐਜੂਕੇਸ਼ਨ ਤੋਂ ਬਾਅਦ, ਕਿਉਂਕਿ ਉਹ ਆਪ ਆਪਣੇ ਜੀਵਨ ਵਿੱਚ ਕਬੱਡੀ 'ਚ ਬੜੀ ਰੁਚੀ ਰੱਖਦੇ ਸਨ। ਕਬੱਡੀ ਸਾਡੀ ਪੰਜਾਬ ਦੀ ਮਾਂ ਖੇਡ ਹੈ। ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਦੇ ਕੋਲ ਮਾਇਆ ਵੀ ਆਈ ਹੈ, ਜੇ ਘੱਟ ਹੁੰਦੀ ਸੀ ਤਾਂ ਵੀ ਉਹ ਕਰਦੇ ਸਨ। ਜਦੋਂ ਬਹੁਤੀ ਆਈ ਤਾਂ ਹੀ ਵਾਲੇ ਪ੍ਰਮੋਟਰ ਆ ਕਬੱਡੀ ਕੁਸ਼ਚਨ ਸਾਹਿਬ ਆਪ ਆਪਣੀ ਸਪੀਚ ਦੱਸਣਗੇ ਬਾਅਦ 'ਚ। ਉਹਨਾਂ ਨੂੰ ਕਬੱਡੀ ਨਾਲ ਇੰਨਾ ਪਿਆਰ ਸੀ, ਅਤੇ ਦੂਜਾ ਉਹਨਾਂ ਨੂੰ ਜਿਵੇਂ ਸੋਨੇ ਦੇ ਸੁਹਾਗਾ ਹੁੰਦਾ ਹੈ, ਪਰਮਜੀਤ ਸਿੰਘ ਜੀ ਕੋਚ ਨਾਲ ਮਿਲ ਗਏ। ਅਸੀਂ ਆਪਣੇ ਭਾਰਤ 'ਚ ਜਾਂ ਮੈਂ ਕਹਿ ਲਵਾਂ ਕਿ ਭਾਰਤ ਦੇ ਆਸੇ ਪਾਸੇ ਜਿੰਨੇ ਸਾਡੇ ਪਿੰਡ ਨੇ ਛੋਟੇ ਛੋਟੇ, ਅਸੀਂ ਕਦੀ ਕਬੱਡੀ ਦਾ ਨੈਸ਼ਨਲ ਲੈਵਲ ਦਾ ਪਲੇਅਰ ਖੇਡਦਾ ਅੱਖੀ ਨਹੀਂ ਤੱਕਿਆ ਲਾਈਵ, ਜਾਂ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਸਨ ਉਹ ਕਦੇ ਇੱਥੇ ਭਾਰਤ 'ਚ ਨਹੀਂ ਸੀ ਦੇਖੇ। ਇਹਨਾਂ ਦੋਨਾਂ ਵੀਰਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਪਹਿਲੇ ਨੰਬਰ 'ਤੇ ਨੈਸ਼ਨਲ ਸਟੇਡੀਅਮ ਬਣਾਉਣ ਦੇ ਵਾਸਤੇ, ਸਭ ਤੋਂ ਵੱਡਾ ਰੋਲ ਅਵਤਾਰ ਸਿੰਘ ਬਲ ਦਾ, ਜਿੱਥੇ ਕਿ ਹੁਣ ਹਰ ਸਾਲ ਵਿਸਾਖੀ ਕੱਢਦੀ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ, ਅਤੇ ਵਿਸਾਖੀ ਦੇ ਟਾਈਮ ਦੇ ਉੱਪਰ ਉਹ ਲੜਕੀਆਂ ਦੀਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੀਆਂ ਪਲੇਅਰ, ਲੜਕੇ ਵੀ ਨੈਸ਼ਨਲ ਅਤੇ ਇੰਟਰਨੈਸ਼ਨਲ ਜਿਨ੍ਹਾਂ ਨੇ ਨਾਮ ਖੱਟਿਆ ਹੈ ਉਹ ਵੀ ਜਾ ਕੇ ਸਾਨੂੰ ਦਰਸ਼ਨ ਕਰਵਾਉਂਦੇ ਹਨ। ਨਵੀਆਂ ਨਵੀਆਂ ਟੈਕਨੀਕਸ ਕਿ ਕਬੱਡੀ ਕਿਵੇਂ ਪ੍ਰਮੋਟ ਹੋਈ ਹੈ, ਪਹਿਲੇ ਤੋਂ ਲੈ ਕੇ ਅਖੀਰ ਤੱਕ ਹੁਣ ਤੱਕ ਵੱਖਰੇ ਵੱਖਰੇ ਰੂਪ ਆਏ ਹਨ, ਉਹਨਾਂ ਦੀ ਜਾਣਕਾਰੀ ਕੁਸ਼ਲ ਸਾਹਿਬ ਨਾਲ ਦੱਸ ਦਿੰਦੇ ਹੁੰਦੇ ਹਨ, ਨਾਲ ਵਿਸਥਾਰ ਕਰਦੇ। ਸੋ ਅਜਿਹੀਆਂ ਇਹੋ ਜਿਹੀਆਂ ਕੋਸ਼ਿਸ਼ਾਂ ਜਿਹਦੇ ਵਿੱਚ ਉਹ ਚਾਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਸਾਡੇ ਮਨ 'ਚ ਉਤਸ਼ਾਹ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਉਹ ਵੀ ਇੱਦਾਂ ਖੇਲੇ, ਜਾਂ ਮੈਂ ਖੁਦ ਇੱਦਾਂ ਖੇਲਾਂ। ਇਹਨਾਂ ਨੇ ਆਪਣਾ ਨਾਂ ਜਾਂ ਪਿਤਾ ਦਾ ਨਾਂ ਬਣਾਇਆ, ਆਪਣੇ ਪਿੰਡ ਦਾ ਨਾਂ ਬਣਾਇਆ, ਅਤੇ ਮੈਂ ਵੀ ਇੱਦਾਂ ਕਰਾਂ। ਇਮੀਟੇਸ਼ਨ ਸਾਡੇ ਵਿੱਚ ਇੱਕ ਗੁਣ ਹੈ,
ਕਿ ਦੇ ਕੇ ਅਸੀਂ ਉਸ ਤਰ੍ਹਾਂ ਕਰਨਾ ਚਾਹੁੰਦੇ ਹਾਂ, ਹਰ ਆਦਮੀ ਕਰਨਾ ਚਾਹੁੰਦਾ ਹੈ। ਇਹੋ ਹੀ ਮੁੱਖ ਉਦੇਸ਼ ਇਹਨਾਂ ਵੀਰਾਂ ਦਾ ਸੀ ਕਿ ਅਸੀਂ ਆਪਣੇ ਪਿੰਡ ਵਿੱਚ ਇਹੋ ਜਿਹੀਆਂ ਗੇਮਾਂ ਕਰਵਾਈਏ ਕਿ ਬੱਚੇ ਨਸ਼ਿਆਂ ਨੂੰ ਛੱਡ ਦੇਣ ਅਤੇ ਖੇਡਾਂ ਵਾਲੇ ਪਾਸੇ ਨੂੰ ਪੈ ਜਾਣ। ਇਹ ਵੱਡਾ ਕਾਰਜ ਸਾਡੇ ਪਿੰਡ ਵਾਸਤੇ ਇਹਨਾਂ ਨੇ ਕੀਤਾ ਹੈ। ਸਰਦਾਰ ਅਵਤਾਰ ਸਿੰਘ ਪਾਲ ਨੇ ਉਹਦੀ ਰਹਿਨਮਾਈ ਕੀਤੀ। ਇੱਥੇ ਛੱਪੜ ਨੂੰ ਪੂਰ ਕੇ ਫਿਰ ਉਹਦਾ ਸਟੇਡੀਅਮ ਦਾ ਨਾਮ ਰੱਖਿਆ ਨੈਸ਼ਨਲ ਸਟੇਡੀਅਮ। ਜੇ ਸੰਤਾਂ ਪ੍ਰਵਾਨ ਕਰਨ, ਮੇਰੇ ਆਪਣੇ ਮਨ ਦੀ ਖਾਸ਼ ਹੈ, ਸਾਡੇ ਪਿੰਡ ਦੇ ਪੱਧ ਦੇ ਜਿੰਨੇ ਲੋਕ ਹਨ, ਮੈਂ ਤੁਹਾਡੀ ਸਾਰਿਆਂ ਦੀ ਇਸ ਗੱਲ ਵਿੱਚ ਪ੍ਰਵਾਨਤਾ ਮੰਗਦਾ ਹਾਂ ਕਿ ਇਸ ਸਟੇਡੀਅਮ ਦਾ ਨਾਂ ਯਾਦਗਾਰੀ ਅਵਤਾਰ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ ਅਤੇ ਉਹ ਬਹੁਤ ਚੰਗਾ ਹੋਏਗਾ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਸੋ ਸਰਦਾਰ ਅਵਤਾਰ ਸਿੰਘ ਜੀ ਬਲ, ਮੈਂ ਆਪ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਮੈਂ ਲੱਗਾ ਰਹਾਂ ਤਾਂ ਮੇਰਾ ਖਿਆਲ ਕਿ ਮੈਂ ਘੰਟਾ ਕਿ ਆਪਣੇ ਮਨ ਦੇ ਵੱਲ ਵੀ ਨਹੀਂ ਦੱਸ ਸਕਦਾ। ਸਾਡੇ ਵਿੱਚ ਬਹੁਤ ਸਾਰੇ ਸਾਡੇ ਬੁਲਾਰੇ ਹਨ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਹਾਂ, ਫੋਨ 'ਤੇ ਵੀ ਬਲ ਸਾਹਿਬ ਨੇ ਮੈਨੂੰ ਦੱਸਿਆ ਕਿ ਕਿਉਂਕਿ ਉਹਨਾਂ ਦਾ ਪਿਆਰ ਸਾਰਿਆਂ ਨਾਲ ਸੀ, ਜਿਹਦੇ ਜਿਹਦੇ ਨਾਲ ਵੀ ਉਹ ਬੈਠੇ ਨੇ ਖਲੋਤੇ ਨੇ, ਹਰੇਕ ਚਾਹੁੰਦਾ ਹੈ ਕਿ ਮੈਂ ਉਹਨਾਂ ਦੇ ਬਾਰੇ ਕੁਛ ਨਾ ਕੁਛ ਕਹਾਂ। ਲੇਕਿਨ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਡਾਕਟਰ ਸਤੀਸ਼ ਕੁਮਾਰ ਜੀ ਕੌਸ਼ਲ ਸਾਹਿਬ ਜਨਤਾ ਹਸਪਤਾਲ ਪਲੱਚ, ਉਹਨਾਂ ਦੇ ਨਾਲ ਵੀ ਕਿਉਂਕਿ ਉਹ ਜਦੋਂ ਜਾਂਦੇ ਸਨ ਕੁਛ ਨਾ ਕੁਛ ਸਾਂਝ ਪਾਉਂਦੇ ਸਨ, ਅਤੇ ਇਸ ਕਰਕੇ ਉਹਨਾਂ ਦੇ ਮਨ ਦੇ ਵੱਲ ਵੀ ਆਪਾਂ ਸੁਣਦੇ ਹਾਂ। ਇਹਨਾਂ ਤੋਂ ਬਾਅਦ ਪ੍ਰਿੰਸੀਪਲ ਸਰਜੀਤ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੇ ਕਿ ਉਹ ਕਲਾਸ ਫੇਲ ਹੋ ਸਨ, ਉਹ ਵੀ ਆਪਣੇ ਮਨ ਦੀਆਂ ਜਿਹੜੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਸ਼ਬਦਾਂ ਦੇ ਕੋਲ ਪੇਟ ਕਰਨਗੇ। ਨਾਲ ਕੌਸ਼ਲ ਸਾਹਿਬ ਜੋ ਕਿ ਆਇਆ ਹੈ ਉਸਨੇ ਜ਼ਰੂਰ ਜਾਣਾ ਹੈ, ਮੌਤ ਇੱਕ ਅਟਲ ਸੱਚਾਈ ਹੈ, ਮੌਤ ਦਾ ਸਮਾਂ ਕੋਈ ਨਿਸ਼ਚਿਤ ਨਹੀਂ ਹੈ, ਸਥਾਨ ਨਿਸ਼ਚਿਤ ਨਹੀਂ ਹੈ, ਮੈਨ ਇਜ਼ ਹੈਲਪਲੈਸ, ਡੈਥ ਕੀਪਸ ਨੋ ਪਲੈਨ। ਮਨੁੱਖ ਖਾਲੀ ਹੱਥ ਹੁੰਦਾ ਹੈ ਅਤੇ ਖਾਲੀ ਹੱਥ ਹੀ ਚਲੇ ਜਾਂਦਾ ਹੈ। ਵਿਦਵਾਨ ਵੀ ਕਹਿੰਦੇ ਹਨ ਸੰਸਾਰ ਵਿੱਚ ਜਿਸ ਚੀਜ਼ ਦੀ ਸ਼ੁਰੂਆਤ ਹੈ, ਜਿਸ ਚੀਜ਼ ਦੀ ਬਿਗਨਿੰਗ ਹੈ, ਉਸਦਾ ਅੰਤ ਨਿਸ਼ਚਿਤ ਹੈ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਸੰਸਾਰ ਵਿੱਚ ਕੁਛ ਅਜਿਹਾ ਵੀ ਹੈ ਕਿ ਉਹ ਅਸੀਂ ਛੱਡ ਕੇ ਜਾ ਸਕਦੇ ਹਾਂ। ਜਾਣ ਵਾਲੀ ਰੂਹ ਤੋਂ ਅਸੀਂ ਕੁਛ ਸਿੱਖਿਆ ਵੀ ਲੈ ਸਕਦੇ ਹਾਂ, ਤਾਂ ਮੈਂ ਕਹਿੰਦਾ ਹਾਂ ਜ਼ਰੂਰ ਲੈ ਸਕਦੇ ਹਾਂ। ਸਰਦਾਰ ਅਵਤਾਰ ਸਿੰਘ ਦੀ ਬਲ ਜਿਸ ਤਰ੍ਹਾਂ ਸਮਝਾ ਸਮਾਜ ਦੇ ਵਿੱਚ ਵਿਰਸਦੇ ਰਹੇ, ਉਹ ਇੱਕ ਉਦਾਹਰਣ ਹਨ। He really knows the art of living. He always spreads sweet fragrance like rose flowers. ਉਹ ਅਸਲ ਵਿੱਚ ਜਿਉਣ ਦੀ ਕਲਾ ਜਾਣਦੇ ਸਨ। ਉਹਨਾਂ ਦਾ ਸੁਭਾਅ ਬੜਾ ਮਿੱਠ ਬੋਲਣਾ, ਹਰ ਸਮੇਂ ਖਿੜੇ ਮਿੱਠੇ ਰਹਿਣਾ, ਖੁਸ਼ ਰਹਿਣਾ, ਜਦੋਂ ਵੀ ਕਿਸੇ ਨੂੰ ਮਿਲਦੇ ਹੱਸ ਕੇ ਅਤੇ ਖੁਸ਼ ਹੋ ਕੇ ਮਿਲਦੇ, ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਤੱਕ ਉਹਨਾਂ ਨੇ ਹਾਲ ਪੁੱਛਣਾ, ਗੁਲਾਬ ਦੇ ਫੁੱਲਾਂ ਵਾਂਗ ਹਰ ਸਮੇਂ ਮੁਸਕਰਾਉਂਦੇ ਰਹਿੰਦੇ, ਇਸ ਤਰ੍ਹਾਂ ਦੀ ਸ਼ਖਸੀਅਤ ਦੇ ਉਹ ਧਨੀ ਸਨ ਸਰਦਾਰ ਅਵਤਾਰ ਸਿੰਘ ਦੀ ਬਲ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ, ਖੇਡਾਂ ਪ੍ਰਤੀ ਉਹਨਾਂ ਦੀ ਬਹੁਤ ਜ਼ਿਆਦਾ ਦਿਲਚਸਪੀ ਸੀ, ਹਮੇਸ਼ਾ ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਿਤ ਕਰਦੇ ਸਨ। ਉਹ ਇਲਾਕੇ ਦੇ ਦਿਲਾਂ ਦੇ ਵਿੱਚ ਆਪਣੀਆਂ ਯਾਦਾਂ ਸਦਾ ਲਈ ਛੱਡ ਗਏ ਹਨ। ਇਨਸਾਨ ਦੇ ਨਾਲ
ਕੀ ਜਾਂਦਾ ਹੈ ਉਸਦੇ ਕੀਤੇ ਹੋਏ ਗੁੱਡ ਡੀਡਸ ਸੋਸ਼ਲ ਸਰਵਿਸਿਸ ਵਾਹਿਗੁਰੂ ਜੀ ਦਾ ਸਿਮਰਨ ਹੀ ਨਾਲ ਜਾਂਦਾ ਹੈ ਹੋਰ ਕੁਛ ਨਹੀਂ ਜਾਂਦਾ ਇਹ ਇੱਕ ਅਟਲ ਸੱਚਾਈ ਹੈ ਮੇਰੀ ਸੱਚੀ ਸ਼ਰਧਾਂਜਲੀ ਗੁਰੂ ਸਾਹਿਬ ਨੂੰ ਇਹ ਹੀ ਹੋਵੇਗੀ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਅਤੇ ਸਮਾਜ ਦੇ ਵਿੱਚ ਚੰਗੇ ਢੰਗ ਨਾਲ ਵਿਚੀਏ ਸਮਾਜ ਦੀਆਂ ਬੁਰਾਈਆਂ ਤੋਂ ਦੂਰ ਰਹੀਏ ਅਤੇ ਆਪਣੇ ਬੱਚਿਆਂ ਨੂੰ ਵੀ ਦੂਰ ਰੱਖੀਏ ਮੇਰੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਕਿ ਇਹ ਵਿਸ਼ਵੀ ਆਤਮਾ ਨੂੰ ਆਪਣੇ ਚਰਨਾਂ ਨੂੰ ਨਿਵਾਸ ਦੇਣਾ ਅਤੇ ਪਿਛਲੇ ਪਰਿਵਾਰ ਨੂੰ ਬਖਸ਼ਣ ਦਾ ਪਾਣਾ ਬਖਸ਼ਣਾ ਵਾਹਿਗੁਰੂ ਗਲਤੀ ਹੋਵੇ ਤੇ ਸ਼ਮਾ ਸੁਖਮਾਨ ਜੀ ਤੋਂ ਆਪ ਪੈਣਾ ਸਾਡੀ ਕੀਤੀ ਹੈ ਬੇਨਤੀ ਕਰਦੇ ਹਾਂ ਸਰ ਚੰਨੀ ਸਿੰਘ ਜੀ ਬੀਮਾ ਸਾਹਿਬ ਉਹ ਆਪ ਦੇ ਗੁਰੂ ਹੋਣਗੇ ਨਾਨਕ ਕਿਸ ਨੂੰ ਆਖੀ ਬਿਨ ਪੁੱਛਿਆ ਹੀ ਲੈ ਜਾਏ ਸਾਡੇ ਗੁਰੂ ਕਰਦੇ